ਪੰਜਾਬ 'ਚ ਆਏ ਦਿਨ ਵਾਰਦਾਤਾਂ ਦੇ ਮਾਮਲੇ ਵੱਧ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁਰਾਣੀ ਰੰਜਿਸ਼ ਦੇ ਚੱਲਦੇ ਕੁਝ ਸਕੂਲੀ ਬੱਚਿਆਂ ਨੇ ਇੱਕ ਸਕੂਲ ਦੇ ਹੀ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਦੀ ਸਾਰੀ ਘਟਨਾ CCTV ਕੈਮਰੇ 'ਚ ਕੈਦ ਹੋ ਗਈ। ਜਾਣਕਾਰੀ ਦਿੰਦੇ ਹੋਏ ਪੀੜਿਤ ਨੌਜਵਾਨ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਦਾ ਹੈ ਅਤੇ ਜਦੋਂ ਉਹ ਸਕੂਲ ਦੇ ਬਾਹਰ ਸਕੂਟਰੀ 'ਤੇ ਬੈਠਾ ਸੀ ਤਾਂ ਕੁਝ ਨੌਜਵਾਨਾਂ ਵੱਲੋਂ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਮਾਰਿਆ ਗਿਆ, ਜਿਸ ਨਾਲ ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗ ਗਈ। ਉਸਨੇ ਦੱਸਿਆ ਕਿ ਨੌਜਵਾਨ ਸਕੂਲ ਦੇ ਬੱਚੇ ਹਨ ਅਤੇ ਜਾਂਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਰਾਰ ਹੋ ਗਏ। ਉਕਤ ਨੌਜਵਾਨ ਵੱਲੋਂ ਉਹਨਾਂ ਦੇ ਘਰ 'ਤੇ ਵੀ ਹਮਲਾ ਕੀਤਾ ਗਿਆ, ਜਿਸ ਦੀ ਪੀੜਿਤ ਪਰਿਵਾਰ ਵੱਲੋਂ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਹੋਈ ਹੈ। ਸਕੂਲ ਬਾਹਰ ਮੈਂ ਬੈਠਾ ਆਪਣੇ ਯਾਰਾਂ ਨਾਲ ਅਤੇ ਕੋਈ ਪੁਰਾਣੀ ਰੰਜਿਸ਼ ਹੋਣੀ ਉਹਨਾਂ ਨਾਲ, ਅਤੇ ਮੈਨੂੰ ਆਏ ਚਾਰ ਪੰਜ ਕੋਈ ਗੱਲ ਵੀ ਨਹੀਂ ਕੀਤੀ, ਮਤਲਬ ਮੈਨੂੰ ਕੁੱਟਣ ਦੇ ਪਏ ਅਤੇ ਉਹਨਾਂ ਕੋਲ ਮਤਲਬ ਕੜੇ ਵੀ ਸੀ, ਸਟਿੱਕ ਵੀ ਸੀ ਅਤੇ ਬੈਲਟਾਂ ਵੀ, ਮੇਰੇ ਬੈਲਟਾਂ ਵੀ ਵੱਜੀਆਂ, ਸਟਿੱਕ ਮਤਲਬ ਲੱਤ 'ਤੇ ਵੱਜੀ ਆ ਅਤੇ ਸਿਰ 'ਤੇ ਕੜਾ ਵੱਜਾ। ਕਿਹੜੇ ਮੁੰਡੇ? ਇੱਥੇ ਮਾਲਾ ਦੇ ਹੀ ਆ, ਰਾਜਵੀਰ, ਬਲਬੀਰ ਅਤੇ ਸਾਹਿਲ ਅਤੇ ਦਾਨਿਸ਼। ਕਿੱਥੇ ਪੜ੍ਹਦਾ? ਅਤੇ ਮੈਂ ਇੱਥੇ ਸੈਨੀ ਪਬਲਿਕ ਪੜ੍ਹਦਾ। ਵਜ੍ਹਾ ਕੀ ਲੜਾਈ ਦੀ? ਕੋਈ ਪੁਰਾਣੀ ਰੰਜਿਸ਼ ਹੋਣੀ। ਕੀ ਹੋਇਆ ਉਸ ਦਿਨ? ਫਿਰ ਉਸ ਦਿਨ ਫਿਰ ਅਸੀਂ ਮਤਲਬ ਚੌਂਕੀ ਗਏ, ਚੌਂਕੀ ਤੋਂ ਬਲਾ ਮਤਲਬ ਰਿਪੋਰਟ ਲਿਖਾਈ, ਫਿਰ ਅਸੀਂ ਰਾਤੀ ਆਏ ਮਤਲਬ ਘਰੇ ਅਤੇ ਮਤਲਬ ਉਹਨਾਂ ਨੇ ਵੱਟੇ ਵੱਟੇ ਮਾਰੇ ਰਾਤੀ, ਫਿਰ ਅਸੀਂ ਉੱਥੇ 2 ਵਜੇ ਚੌਂਕੀ ਵੀ ਗਏ ਹਾਂ ਅਤੇ ਉੱਦਣ ਦੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ, ਮਤਲਬ ਪੋਲੀਟਿਕਸ ਦੀ ਸਪੋਰਟ ਉਹਨਾਂ ਨੂੰ। ਵੀਡੀਓ 'ਚ ਕੀ ਨਜ਼ਰ ਆਇਆ? ਵੀਡੀਓ 'ਚ ਇਹੋ ਮਤਲਬ ਮੇਰੀ ਮਾਰ ਕੁੱਟੀ, ਉਹਨਾਂ ਨੇ ਮੈਨੂੰ ਬੜਾ ਕੁੱਟਿਆ, ਕਿੱਥੇ ਸੱਟ ਲੱਗੀ? ਇਕੱਲਾ ਸਿਰ 'ਤੇ ਸੱਟ ਲੱਗੀ ਮੈਨੂੰ। ਕੀ ਚਾਹੁੰਦਾ ਸੁਣਵਾਈ? ਸਰ, ਬੇਟੇ ਨਾਲ ਕੋਈ ਮਾਮਲਾ ਨਹੀਂ ਸੀ, ਪਹਿਲਾਂ ਦੀ ਕੋਈ ਰੰਜਿਸ਼ ਹੈਗੀ ਸੀ ਜਿਹਦੇ ਵਿੱਚ ਕਿ ਉਹ ਮੈਨੂੰ ਘਰ ਛੱਡ ਕੇ ਗਿਆ ਬੇਟਾ, ਅਤੇ ਆਉਂਦਿਆਂ ਹੀ ਉਹਨਾਂ ਨੇ ਗੇਟ ਦੇ ਬਾਹਰ ਐਕਟੀਵਾ ਲਾਈ, ਐਕਟੀਵਾ ਲਾ ਕੇ 5-10 ਮੁੰਡੇ ਆਏ, ਬੇਟੇ ਨੂੰ ਬਹੁਤ ਹੀ ਕੁੱਟਿਆ ਮਾਰਿਆ ਔਰ ਸਿਰ ਪਾੜਤਾ ਪੂਰਾ ਹੀ ਬੇਟੇ ਦਾ। ਸਰ, ਸਕੂਲ ਦੇ ਗੇਟ ਦੇ ਬਾਹਰ ਸੈਨਿਕ ਪਬਲਿਕ ਦੇ। ਸਰ, ਵੀਡੀਓ 'ਚ ਆਇਆ ਕਿ ਮੇਰੇ ਬੱਚੇ 'ਤੇ ਬਹੁਤ ਹੀ ਜ਼ਿਆਦਾ ਮਾਮਲਾ ਗੰਭੀਰ ਕੀਤਾ ਹੈ, ਮਾਰਨ ਕਟਾਈ ਦਾ ਕੀਤਾ ਹੈ ਕਿ ਇਹਨੂੰ ਇਸਨੂੰ ਮਾਰ ਹੀ ਦੇਈਏ। ਕੀ ਵਜ੍ਹਾ? ਕੀ ਲੜਾਈ ਦੀ? ਦੱਸੋ ਸਰ। ਪਿਛਲੀ ਕੋਈ ਰੰਜਿਸ਼ ਹੋਏਗੀ ਉਸ ਗੱਲ ਦਾ ਮੈਨੂੰ ਨਹੀਂ ਪਤਾ। ਜਿੰਨਾ ਲੜਾਈ ਹੋਈ ਉਹ ਮੁੰਡੇ ਕਿੱਥੋਂ ਦੇ? ਉਹ ਮਾਲਾ ਪਿੰਡ ਦੇ ਸੀ ਸਰ, ਸਾਡੇ ਨਾਲ ਹੀ ਪੜ੍ਹਦੇ। ਹਾਂਜੀ, ਇਹਦੇ ਨਾਲ ਨਹੀਂ ਹੈ, +2 ਦੇ ਬੱਚੇ ਹੈ, ਇੱਕ ਬੇਟਾ 9th ਕਲਾਸ ਦਾ ਹੈ। ਸਕੂਲ ਪ੍ਰਸ਼ਾਸਨ ਨੂੰ ਮਿਲੇ ਨਹੀਂ ਰਹੇ? ਸਰ, ਮਿਲੇ ਆ, ਉਹ ਕਹਿੰਦੇ ਜੋ ਕਾਰਵਾਈ ਹੁੰਦੀ ਹੈ ਤੁਸੀਂ ਕਾਰਵਾਈ ਕਰੋ ਆਪਣੀ, ਮੈਂ ਤੁਹਾਡੇ ਨਾਲ। ਪੁਲਿਸ ਨੂੰ? ਸਰ, ਪੁਲਿਸ ਸਾਡੀ 15 ਦਿਨ ਹੋ ਗਏ, ਕੋਈ ਸੁਣਵਾਈ ਨਹੀਂ ਕਰ ਰਹੀ, ਆਈ ਨਹੀਂ ਰਿਪੋਰਟ, ਆਈ ਨਹੀਂ, ਜਦਕਿ ਸਰ ਮੈਂ ਪੂਰੀ ਰਿਪੋਰਟਾਂ ਲਿਆ ਕੇ ਦੇ ਚੁੱਕੀ ਉਹਨਾਂ ਨੂੰ। ਸਰ, ਮੇਰੇ ਹਸਬੈਂਡ ਆਰਮੀ 'ਚ ਹੈ, ਇਸ ਟਾਈਮ ਮੈਂ ਇਕੱਲੀ ਹੈ, ਜਿਹਦੇ ਵਿੱਚ ਕੱਲ੍ਹ ਤੱਕ ਸਾਡੇ 12-12:30 ਵਿੱਚ ਸਾਡੇ ਤਕਰੀਬਨ ਘਰ 'ਚ ਹਮਲਾ ਹੋ ਗਿਆ ਕਿ ਸਾਡੇ ਗੇਟ ਦੇ ਬਾਹਰ ਕਾਫੀ ਹਥਿਆਰ ਮਾਰੇ ਉਹਨਾਂ ਨੇ ਅਤੇ ਬਹੁਤ ਹੀ ਜ਼ਿਆਦਾ ਅਸੀਂ ਡਰ ਗਏ ਹਾਂ, ਪਰ ਫਿਰ ਵੀ ਮੈਂ 1 ਵਜੇ ਜਾ ਕੇ ਚੌਂਕੀ 'ਚ ਰਿਪੋਰਟ ਕਰਕੇ ਆਈ ਹਾਂ, ਜਿਹਦੇ ਵਿੱਚ 48 ਘੰਟੇ ਹੋ ਚੁੱਕੇ ਹੈ, ਉਹਦੇ ਵਿੱਚ ਕੋਈ ਸੁਣਵਾਈ ਨਹੀਂ ਹੋਈ ਸਾਡੀ। ਸਰ, ਇਹ ਨਹੀਂ ਪਤਾ ਕਿਉਂ ਨਹੀਂ, ਸਰ ਪੋਲੀਟਿਕਸ ਦੇ ਬਾਰੇ ਨਹੀਂ ਸੁਣਵਾਈ ਹੋ ਰਹੀ ਸਾਡੀ। ਉੱਥੇ ਜਦੋਂ ਜਾਂਚ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਕਤ ਨੌਜਵਾਨ ਨੂੰ ਮੈਡੀਕਲ ਕਰਵਾ ਦਿੱਤਾ ਗਿਆ ਹੈ, ਜੋ ਵੀ ਮੈਡੀਕਲ ਰਿਪੋਰਟ ਆਏਗੀ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਏਗੀ। ਮਹਾਰਾਜ ਇਸ਼ਪ੍ਰੀਤ ਸਿੰਘ ਮਾਲਾ ਦੇ ਨੇ, ਇਹ ਬੱਚੇ ਸੈਨਿਕ ਸਕੂਲ ਪੜ੍ਹਦੇ ਨੇ, ਕਹਿੰਦੇ ਸਾਡੇ ਕੋਲ ਕੰਪਲੇਂਟ ਆਈ ਸੀ ਅਤੇ ਜਿਹਨਾਂ ਕੋਲ ਡਾਟ ਕਾਰਡ ਦਿੱਤਾ, ਜੋ ਅਗਲੀ ਡਾਕਟਰੀ ਮੁਲਾਜ਼ਮ ਮੁਤਾਬਕ ਰਿਪੋਰਟ ਆਏਗੀ ਉਸ ਸਾਥ ਕਾਨੂੰਨੀ ਕਾਰਵਾਈ ਕੀਤੀ ਜਾਵੇ। CCTV ਵੀਡੀਓ ਦਿੱਤੀ? ਹਾਂਜੀ ਹਾਂਜੀ, ਉਹ ਸਾਡੇ ਕੋਲ ਵੀਡੀਓ ਆਈਆਂ ਹੈ ਅਤੇ ਜੋ ਬੰਦੇ ਜਿਹੜੇ ਸਾਡੇ ਇਨਵੋਲ ਹੋਣਗੇ ਉਹ ਅਰੈਸਟ ਕੀਤੇ ਜਾਣਗੇ। ਕੋਈ ਪੋਲੀਟੀਕਲ ਪ੍ਰੈਸ਼ਰ ਵੀ ਹੈ? ਨਹੀਂ, ਅਜੇ ਤੱਕ ਸਾਡੇ ਕੋਲ ਇਹੋ ਜਿਹੀ ਕੋਈ ਰਿਪੋਰਟ ਨਹੀਂ ਆਈ। ਪੁਲਿਸ ਵੱਲੋਂ ਕੀ ਕਾਰਵਾਈ ਕੀਤੀ? ਪੁਲਿਸ ਵੱਲੋਂ ਡਾਟ ਕਾਰਡ ਕੇ ਦਿੱਤਾ, ਜੋ ਮੈਡੀਕਲ ਰਿਪੋਰਟ ਆਏਗੀ ਉਸ ਮੁਤਾਬਕ ਕਾਰਵਾਈ ਕੀਤੀ ਜਾਵੇ। ਫਿਲਹਾਲ ਪਰਿਵਾਰ ਵੱਲੋਂ ਪੁਲਿਸ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਪੁਲਿਸ 'ਤੇ ਸਿਆਸੀ ਦਬਾਅ ਦੇ ਕਾਰਨ ਉਕਤ ਲੋਕਾਂ 'ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਪੀੜਿਤ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ ਅਤੇ ਉਕਤ ਨੌਜਵਾਨਾਂ 'ਤੇ ਕਾਨੂੰਨੀ ਕਾਰਵਾਈ ਦੀ ਵੀ। ਜਗਬਾਣੀ TV ਲਈ ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ।